ਬਤੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਕੁਝ ਸ਼ਬਦ ਐਸੇ ਨੇ ਜਿਹੜੇ ਸਤਿਗੁਰਾਂ ਨੇ ਪ੍ਰਥਾਏ ਉਚਾਰਨ ਕੀਤੇ ਨੇ, ਪਰ ਉਹ ਪ੍ਰਥਾਏ ਸ਼ਬਦ ਹੋਣ ਦੇ ਬਾਵਜੂਦ ਵੀ ਸਰਬਕਾਲੀ ਤੇ ਸਰਬਦੇਸ਼ੀ। ਫਿਰ ਲਫ਼ਜ਼ ਮੈਂ ਰਿਪੀਟ ਕਰਾਂਗਾ, ਉਹ ਗੁਰਬਾਣੀ ਜਿਹੜੀ ਇਹ ਸਾਰਿਆਂ ਦੀ ਸਾਂਝਾ ਉਪਦੇਸ਼ ਹੈ। ਚਲੋ ਅਸੀਂ ਕਹਿੰਦੇ ਹਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਪਰ ਯਾਦ ਰੱਖੋ ਇਹ ਉਸ ਧਰਤੀ ਦੀ ਵਰਨ ਵੰਡ ਸੀ, ਪਰ ਗੁਰਬਾਣੀ ਗੋਰੇ ਵਾਸਤੇ, ਕਾਲੇ ਵਾਸਤੇ, ਅਸਾਈ ਮੁਸਾਈ, ਪੂਰੀ ਮਾਨਵਤਾ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਗੁਰੂ ਸਾਹਿਬ ਜੀ ਨੇ ਕੁਝ ਸ਼ਬਦ ਜਿਹੜੇ ਨੇ ਆਪਣੀ ਰਸਨਾ ਤੋਂ ਪਰਥਾਏ ਉਚਾਰਨ ਕੀਤੇ, ਜਿਵੇਂ ਅਸੀਂ ਇੱਕ ਸ਼ਬਦ ਦਾ ਤਾਰਤਾ ਪੜ੍ਹਦੇ ਹਾਂ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੀ ਲਾਲੋ। ਇਹ ਪਰਥਾਏ ਬਿਨਾਂ ਭਾਈ ਲਾਲੋ ਜੀ ਨੂੰ ਸੰਬੋਧਿਤ ਹੋ ਕੇ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਤੇ ਇਸ ਸ਼ਬਦ ਨੂੰ 500 ਸਾਲ ਹੋ ਚੁੱਕਿਆ ਉਚਾਰਨ ਕੀਤਾ। ਭਾਈ ਲਾਲੋ ਸਾਹਿਬ ਜੀ ਨੂੰ ਪਿਆਰਾਂ ਕੀਤਿਆਂ ਸਦੀਆਂ ਹੋ ਗਈਆਂ, ਪਰ ਜਿਹੜਾ ਸ਼ਬਦ ਗੁਰਦੇਵ ਨੇ ਪਰਥਾਏ ਉਚਾਰਨ ਕੀਤਾ ਉਹ ਸ਼ਬਦ ਅੱਜ ਵੀ ਆਪਣੇ ਅਰਥ ਤੇ ਆਪਣਾ ਸਿਧਾਂਤ ਲੈ ਕੇ ਵਿਆਖਿਆ ਕਰੀ ਜਾ ਰਿਹਾ। ਉਹਦੇ ਚ ਇਹ ਨਹੀਂ ਕਹਾਂਗੇ ਤਾਂ ਉਦੋਂ ਸ਼ਬਦ ਗਏ ਸਨ ਮਰਨ ਜਾਪੀ ਮੂਲਿਆ, ਭਾਈ ਮੂਲੇ ਨੂੰ ਮੁਖਾਤਬ ਕਰਕੇ ਉਚਾਰਨ ਕੀਤਾ, ਪਰ ਅੱਜ ਵੀ ਉਹ ਸ਼ਬਦ ਬਹੁਤ ਗਹਿਰੇ ਅਰਥ ਰੱਖਦਾ। ਨਾਲ ਕਿਰਾਲਾ ਦੋਸਤੀ ਕੂੜੀ ਕੂੜਾ ਭਾਈ ਮਹਾਰਾਜ ਨੇ ਸ਼ਬਦ ਕਿਹਾ, ਉਹ ਸੰਬੋਧਨ ਕਰਕੇ ਉਚਾਰਨ ਕੀਤੇ। ਪਰ ਗੁਰੂ ਸਾਹਿਬ ਜੀ ਨੇ ਕੁਛ ਬਚਨ ਜਿਹੜੇ ਆ ਬਾਲ ਅਵਸਥਾ ਵਿੱਚ ਹਜ਼ੂਰ ਨੇ ਪਾਂਧੇ ਨੂੰ, ਪ੍ਰੋਤ ਨੂੰ, ਮੌਲਵੀ ਨੂੰ, ਨਵਾਬਾਂ ਨੂੰ, ਉਹਨਾਂ ਨੂੰ ਸੰਬੋਧਨ ਕਰਕੇ ਉਚਾਰਨ ਕੀਤੇ, ਪਰ ਉਹ ਸ਼ਬਦ ਅੱਜ ਵੀ ਆਪਣਾ ਪੂਰਾ ਅਸਰ ਹਰ ਥਾਂ ਤੇ ਮੁਕੰਮਲ ਰੱਖਦੇ। ਮੈਂ ਜਿਹੜੀ ਬੇਨਤੀ ਆਪ ਜੀ ਨੂੰ ਕਰਨੀ ਹੈ ਉਹ ਇਹ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜ਼ਿੰਦਗੀ ਵਿੱਚ ਆਰੰਭ ਵਿੱਚ ਕੁਝ ਘਟਨਾਵਾਂ ਐਸੀਆਂ ਨੇ ਜਿਨ੍ਹਾਂ ਨੂੰ ਜਨਮ ਸਾਖੀ ਨੇ ਬਹੁਤ ਪਿਆਰ ਸਹਿਤ ਸਾਂਭ ਕੇ ਰੱਖਿਆ, ਉਹ ਸੱਚ ਪਾਉਣ ਵਾਲੀਆਂ ਨੇ। ਉਂਝ ਦਾਸ ਨੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ ਕਿ ਜੇ ਸਿੱਖ ਹਿਸਟਰੀ ਨੂੰ, ਸਿੱਖ ਤਵਾਰੀਖ ਨੂੰ ਇਤਿਹਾਸ ਵਿੱਚ ਤੇ ਰੂਹਾਨੀਅਤ ਵਿੱਚ ਪੜ੍ਹਨਾ ਹੋਵੇ, ਮੈਂ ਰੂਹਾਨੀਅਤ ਸ਼ਬਦ ਵਰਤੇ, 4 ਸ਼ਬਦ ਸਿੱਖ ਚੇਤੇ ਰੱਖੇ, ਇਹਨਾਂ 4 ਸ਼ਬਦਾਂ ਵਿੱਚ ਹੀ ਗੁਰੂ ਇਤਿਹਾਸ ਤੇ ਸਪਿਰਚੁਅਲਿਟੀ ਆ ਜਾਂਦੀ। ਰੂਹਾਨੀਅਤ ਪਹਿਲਾ ਸ਼ਬਦ ਹੈ ਆਖੀ, ਦੂਸਰਾ ਸ਼ਬਦ ਹੈ ਸਾਖੀ, ਤੀਸਰਾ ਸ਼ਬਦ ਹੈ ਵਿਲਾਸ, ਔਰ ਚੌਥਾ ਸ਼ਬਦ ਹੈ ਪ੍ਰਕਾਸ਼। ਫਿਰ ਅਰਜ਼, ਪਹਿਲਾ ਹੈ ਸ਼ਬਦ ਆਖੀ, ਇਹ ਆਖੀ ਦਾ ਲਫ਼ਜ਼ ਹੀ ਅਰਥ ਬੋਲੀ ਜਾਂ ਕਹੀ। ਸੱਚ ਇਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਜਿਹੜੀ ਹੈ ਉਹ ਆਖੀ ਹੈ, ਪਰ ਉਹ ਸੁਣ ਕੇ ਨਹੀਂ ਆਖੀ, ਉਹ ਆਖੀ ਦੇ ਕੇ ਆਖੀ ਹੈ। ਇੱਕ ਸ਼ਬਦ ਦਾਸ ਨੇ ਵਰਤਿਆ ਆਖੀ, ਬਾਣੀ ਚ ਅਸੀਂ ਇੱਕ ਬਚਨ ਪੜ੍ਹਦੇ ਹਾਂ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖ ਹੈ ਆਖੀ। ਉਹਨਾਂ ਨੇ ਜੋ ਅੱਖਾਂ ਨਾਲ ਦੇਖਿਆ ਉਹ ਕੁਝ ਆਪਣੀ ਰਸਨਾ ਨਾਲ ਉਹਨਾਂ ਨੇ ਆਖ ਦਿੱਤਾ। ਗੁਰੂ ਗ੍ਰੰਥ ਸਾਹਿਬ ਸਾਰਾ ਆਖੀ ਹੈ ਜੀ, ਤੇ ਸੱਚ ਇਵੇਂ ਇਹ ਆਖੀ ਜਿਹੜਾ ਸ਼ਬਦ ਹੈ ਇਹ ਇਸ ਤੁਕ ਦੀ ਵਿਆਖਿਆ ਹੈ ਕਿ ਜੋ ਕੁਝ ਉਹਨਾਂ ਨੇ ਅੱਖਾਂ ਨਾਲ ਵੇਖਿਆ ਉਹ ਕੁਝ ਜ਼ਬਾਨ ਤੋਂ ਆਖਿਆ। ਈਵਨ ਇਹ ਸਤਿਗੁਰਾਂ ਨੇ ਇੱਕ ਸਰਲੇਖ ਬਾਣੀ ਚ ਦਿੱਤਾ, ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ, ਉਹਨਾਂ ਨੇ ਇਹ ਸ਼ਬਦ ਇਹ ਆਖੀ ਇਹ ਬੋਲੀ। ਹੁਣ ਇੱਕ ਹੋਰ ਗੱਲ ਕਿ ਅਸਲ ਚ ਜੋ ਕੁਝ ਗੁਰੂ ਨਾਨਕ ਸਾਹਿਬ ਨੂੰ ਵੀ ਦੇਖਿਆ, ਜੋ ਕੁਝ ਅੱਖਾਂ ਨਾਲ ਦੇਖਿਆ ਉਹ ਵੀ ਆਖਿਆ। ਮੈਂ ਬੇਨਤੀ ਕਰਾਂ ਕਿ ਸੱਤੇ ਬਲਵੰਡ ਦੀ ਵਾਰ ਜੇ ਆਖੀ ਹੈ ਤੇ ਜੋ ਕੁਝ ਉਹਨਾਂ ਨੇ ਉਸ ਵਕਤ ਗੁਰੂ ਦਰਬਾਰ ਚ ਦੇਖਿਆ ਉਹ ਕੁਝ ਆਪਣੀ ਜ਼ਬਾਨ ਤੋਂ ਆਖਿਆ। ਮੈਂ ਇੱਕ ਵਾਰ ਅਰਜ਼ ਕੀਤੀ ਸੀ
کہ جدو بندے نو اندروں احساس ہو جائے نا اصلی قدر بندہ ادو ہی جانتا ہے. ایک شبداولی ہوندی ہے سلمان یوگ جی ستکار یوگ جی کہ اے لفظ دماغ کی اپج بھی ہو سکتے ہیں پر جدو تور اندر تو محسوس ہوندا ہے پھر بندہ بولتا ہے کہ سچی مچی لفظ وہی ہوندے نے تیرا کوئی ہور بن جاتا. ہوں ستا بلوان جی گرو دربار وچ کیرتن کرتے رہے. چلو یہ سب نو پتہ ہے بھی وہ چلے گئے یہ سمے کا گیڑ ہے جی. تو اصل چ سچ یہ سوکشم جی ہومے جدو پیدا شروع ہو جائے جے شبد کی کمائی نال اونوں نہ پٹیا جائے وہ بیجیا ہوا بیج زندگی وچ کسے ویلے بھی بہت بڑے دکھانت نو جنم دے سکتا. یہ شروعات بیج ہی جیوں جیوں وہ کیرتن کر رہے سن تو ایک اندر بیج پونگر رہا سی سنگت نو دیکھ کے. جدو سنگت شاباشی دے دی سی وہ شکرانے دی تھان تے اندر خومے پر پر لگ گئے وہ نکا جا سیل کینسر دی طرح پیدا ہو گیا. شروعات دی ہو چکی سی سما آیا ایک دم پھٹ گیا. پر میں بینتی کراں جس زبان نے یہ کیا گرو نانک صاحب نو کون جانتا سی یہ مطلب وہ بابا جی کی حیثیت نو صرف جھوٹھی موٹھی کہہ رہے سی کیرتنا کر رہے سی. جدو منگل کرتے ہون گے کہ گرو نانک صاحب کا نام نہیں لیتے ہو ادو اندر تو انبھو نہیں سی ہو رہا پر جس دن اندر تو احساس ہویا انہوں نے رام کلی کی وار وچ پہلا بچن کیا ناؤں کرتا قادر کرے کیوں بودھ ہووے جو کھیو دے جوکھنا. کتنے گرو نانک صاحب جی انہاں بارے کہ ساڈی کی ہستی اسی تیرے بچنوں نو بول سکیے جس دا کرتار پرماتما جنوں وڈیائی دے کے اچیاں کرے تے دنیا دا کوئی شبد نہیں کہ گرو نانک صاحب دی وڈیائی نو کوئی توڑ کے دس سکے. ہن اے شبد انہاں دے اندر تر جائے گا. میں بینتی کراں گرو گرنتھ صاحب سب کچھ آپ ہی ہے تے آنکھ ہی جو دیکھیا وہ آنکھ ہی ہے جنہاں نے پرتک درشن کیتے پیارو وہ بھی آنکھ ہے وہ انبھو سارے سانجے کیتے گئے. آج سمسیا یہ ہے چلو آپ بالکل کوئی نیگیٹیوٹی نہیں اج انبھو نو سویکار نہیں کیتا جا رہا کیونکہ بودھک گیان کی خنیری اینی کی چلی ہوئی ہے. گرو گرنتھ صاحب چ تاں بڑے بچن نے میں نہیں رب نو دیکھیا پر جس گرو نو متھا ٹیکنا سچ اے اس گرو نے رب نو دیکھیا وہ آپ ہے. مینو یاد ہے پرنسپل ستبیر سنگھ ایک بار انہوں نے لیکچر کیتا سن اج اسی باہر پریڈ چ نہیں سن وچرے وہ شبد مینو اج بھی کئی بار انہوں نے یاد نے کیونکہ وہ بول دے بہت میٹھا سن. انہوں نے ایک شبد کیا سی کہندا دنیا وچ گرنتھ بہت نے سب گرنتھ پرماتما دیاں گلاں کردے نے پر بچیو یاد رکھیو جس گرو دی گل تسی کرن چلنا ہے وہ گرو گرنتھ صاحب رب نال گلاں کردا ہے. کیول پرماتما نال گلاں نہیں کردے وے گرو کیول رب دیاں گلاں نہیں کردے رب نال گلاں کردے. ہن گرو گرنتھ صاحب جو آکھی ہے اس وچ گرو نانک صاحب لئی جڑے شبد کہے گرو جوت نے میں تھوڑا جا کیونکہ اگلے آنے والے دنوں چ یہ میں عرض کرنی بھی گرو نانک صاحب کی پد پدوی کی ہے گرو گرنتھ صاحب انہوں نے کی تھان ہے. آپ سب کو پتہ ہے کہ گرو گوبند سنگھ جی تک گرو انگد دیو تو لے کے گرو گوبند سنگھ جی تک گرو پروار وچ بھی جدو گل چلتی سی ایکو گل کہندے سن گرو نانک صاحب پلی کرنی گرو نانک دٹھا کنی داد کیا ਧਰਮ ਸੁਵਰਨੀ ਕਰ ਰਤਨ ਜੜਾਵੀ ਕਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਸ਼ ਹੋਵੇ ਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ ਤੁਠਾ. ਜਦੋਂ ਅਸੀਂ ਪਾਠ ਕਰਨੇ ਆ ਕਿ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ ਬਚਨ ਗੁਰੂ ਅਰਜੁਨ ਸਾਹਿਬ ਦਾ ਪਿਤਾ ਗੁਰਦੇਵ ਗੁਰੂ ਰਾਮਦਾਸ ਮੇਰੇ ਕਹਿਣ ਤੋਂ ਮੁਰਾਦ ਕਿ ਯਾਦ ਰੱਖੋ ਗੁਰੂ ਨਾਨਕ ਸ਼ਬਦ ਇੱਕ ਐਸਾ ਹੈ کہ جس نو گرو گھر وچ سب تو اچا درجہ دتا گیا. اسی کر کے کسے گرو سربان بانی کرتے نے اپنے شریرک نام دی کتے ورتوں نہیں کیتی انہاں نے جوت روپ نام دی ورتوں کیتی. پھر لفظ سنو شریرک نام گرو انگد دیو ہے گرو امر داس ہے پر جوت دا نام گرو نانک ہے. انہاں نے جوت سروپ دا نام لیا ہے پر اپنا نجی نام نہیں لیا.
ਤ੍ਰੇ ਸ਼ਲੋਕ ਨੇ ਗੁਰੂ ਅੰਗਦ ਦੇਵ ਜੀ ਦੇ ਪਰ ਨਾਨਕ ਸ਼ਬਦ ਵਰਤਿਆ ਜਾ ਰਿਹਾ। 17 ਰਾਗਾਂ ਚ ਗੁਰੂ ਅਮਰਦਾਸ ਦੀ ਬਾਣੀ, 40 ਪੌੜੀਆਂ ਚ ਨਾਨਕ ਸਾਹਿਬ ਦੀਆਂ ਪੜ੍ਹਨੇ ਤੇ ਨਾਨਕ ਸ਼ਬਦ ਹਰਿਆ। ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਹੜੀ ਜੋਤ ਵਰਤਰੀਏ ਉਹੀ ਵਰਤਦੀ ਜਿਹੜੀ ਨਾਨਕ ਪਹਿਲਾਂ ਬੋਲਦੀ ਸੀ। ਉਸ ਸਰੀਰ ਨੇ ਆਪਣਾ ਨਾਂ ਨਹੀਂ ਵਰਤਿਆ, ਜੋਤ ਦਾ ਨਾਂ ਵਰਤਿਆ, ਕਿਉਂਕਿ ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਏ। ਮੇਰੀ ਬੇਨਤੀ ਹੈ, ਬਾਣੀ ਸ਼ਬਦ ਸਾਰੇ ਪਹਿਲਾਂ ਹੈ, ਆਖੀ ਜੋ ਅੱਖਾਂ ਨਾਲ ਵੇਖਿਆ ਉਹ ਬੋਲਿਆ। ਦੂਸਰਾ ਮੈਂ ਇੱਕ ਸ਼ਬਦ ਅਗਨਿਆਣ ਨੂੰ ਥੋੜ੍ਹਾ ਜਿਹਾ ਪਲੀਜ਼ ਦੇ ਭੈਣੋ ਵੀ ਉਹ ਟਿਕਾ ਲਓਗੀ ਹੈ ਨਾ, ਬਹੁਤ ਚੰਗਾ ਰਹੇਗਾ, ਕਿਉਂਕਿ ਦੀਵਾਨ ਇੱਥੇ ਸਿਰਫ ਚਾਰ ਹੀ ਨੇ, ਅੱਧਾ ਹਿੱਸਾ ਇਹਨਾਂ ਲੈ ਜਾ। ਮੇਰੀ ਬੇਨਤੀ ਹੈ, ਦੇਖੋ ਗੁਰੂ ਸਾਹਿਬ ਜੀ ਨੇ ਸ਼ਬਦ ਜਿਹੜਾ ਵਰਤਿਆ, ਦੂਜਾ ਮੈਂ ਵਰਤਿਆ ਸਾਖੀ। ਸਾਖੀ ਬੜੀ ਵੱਡੀ ਥਾਂ ਰੱਖਦੇ। ਸਾਖੀ ਦੇ ਲਫ਼ਜ਼ੀ ਅਰਥ ਦੋ ਨੇ, ਇੱਕ ਸਾਖੀ ਦਾ ਅਰਥ ਹੈ ਸਿੱਖਿਆ, ਇੱਕ ਸਾਖੀ ਦਾ ਅਰਥ ਹੈ ਸ਼ਹੀਦ ਗਵਾਹੀ। ਜਿਵੇਂ ਅਸੀਂ ਬਾਣੀ ਚ ਪਾਠ ਕਰ ਹਿੰਦੀ ਚ ਇੱਕ ਲਫ਼ਜ਼ ਹੈ ਸਾਖੀ, ਕਿ ਭਗਵਾਨ ਇਸ ਬਾਤ ਕਾ ਸਾਖੀ ਹੈ। ਇੱਕ ਸਾਖੀ ਦਾ ਅਰਥ ਹੈ ਗਵਾਹੀ ਦੇਣ ਵਾਲਾ, ਤੇ ਦੂਸਰਾ ਸ਼ਬਦ ਸਾਖੀ ਦਾ ਅਰਥ ਹੈ ਸਿੱਖਿਆ। ਜਿਵੇਂ ਅਸੀਂ ਪਾਠ ਕਰਦੇ ਹਾਂ ਕਿ ਸਾਹਮਣੇ ਜੋਤ ਜੋਤ ਗਏ ਸੋਏ ਤਿਸ ਦੇ ਚੰਨ, ਸਾਹਮਣੇ ਚੰਨ ਹੋਏ ਗੁਰ ਸਾਖੀ, ਉੱਥੇ ਸਾਖੀ ਦਾ ਅਰਥ ਹੈ ਸਿੱਖਿਆ, ਗੁਰ ਸਾਖੀ ਜੋਤ ਪ੍ਰਗਟ ਹੋਏ। ਇੱਕ ਹੈ ਸਾਖੀ, ਸਾਖੀ ਗਵਾਹੀ ਦਿੰਦੀ। ਜਦੋਂ ਇਤਿਹਾਸਕਾਰਾਂ ਨੇ ਜਨਮ ਸਾਖੀਆਂ ਲਿਖੀਆਂ, ਤੇ ਜਨਮ ਸਾਖੀ ਸ਼ਬਦ ਬੜਾ ਪਿਆਰਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੀ ਸਾਖੀ ਹੈ, ਤੇ ਸਾਖੀਕਾਰ ਜਦੋਂ ਸਾਖੀ ਲਿਖਦਾ ਤੇ ਉਦੋਂ ਨਾਲ ਦੇ ਲੋਕਾਂ ਦੀ ਗਵਾਹੀ ਦੇ ਰਿਹਾ। ਮੈਂ ਆਪ ਨੂੰ ਬੇਨਤੀ ਕਰਾਂ, ਪਹਿਲਾਂ ਸਾਖੀਆਂ ਪੜੀਆਂ ਜਾਂਦੀਆਂ ਸਨ, ਹੁਣ ਨਹੀਂ ਪੜੀਆਂ ਜਾਂਦੀਆਂ। ਮੇਰਾ ਖਿਆਲ ਆ ਵਿੱਚ ਕਾਫੀ ਬਜ਼ੁਰਗ ਬੈਠੇ ਹੋਣਗੇ, ਜਦੋਂ ਆਪਾਂ ਪਿੰਡਾਂ ਸਨ ਰਾਤ ਨੂੰ ਜਨਮ ਸਾਖੀ ਦੀ ਇੱਕ ਅੱਧੀ ਸਾਖੀ ਜ਼ਰੂਰ ਪੜ੍ਹ ਕੇ ਸੁਣਾ। ਹੁਣ ਜਿਉਂ ਜਿਉਂ ਸਾਡੇ ਕੋਲ ਗਿਆਨ ਬਾਹਰ ਮੁਖੀ ਆਇਆ, ਅਸੀਂ ਸੱਚੀ ਮੁੱਚੀ ਉਹ ਸਾਖੀਆਂ ਨੂੰ ਵੀ ਇਗਨੋਰ ਕਰ ਦਿੱਤਾ। ਜਨਮ ਸਾਖੀਆਂ 'ਚ ਬੜੇ ਪਿਆਰੇ ਸ਼ਬਦ। ਮੈਂ ਪਿਛਲੇ ਸਾਲ ਗੁਰਦੁਆਰਾ ਦੂਖਨਿਵਾਰ ਨੇ ਇੱਕ ਬੇਨਤੀ ਕੀਤੀ ਕਿ ਰਾਏ ਬੁਲਾਰ ਪੱਟੀ ਹੈ, ਇਹ ਕਨਵਰਟਡ ਸੀ ਫੈਮਿਲੀ, ਆਪ ਸਭ ਨੂੰ ਪਤਾ ਹੈ ਹਿੰਦੂ ਸਨ। ਜਦੋਂ ਗੁਰੂ ਨਾਨਕ ਸਾਹਿਬ ਦੀ ਉਹ ਗੱਲ ਕਰਦਾ ਨਾ ਸਾਖੀਕਾਰ, ਰਾਏ ਬੁਲਾਰ ਦੇ ਮੂੰਹ ਤੋਂ ਗੱਲ ਕਰਾਉਂਦਾ। ਵੈਸੇ ਸਮਾਗਮ ਨਹੀਂ ਬਣ ਸਕਿਆ, ਮੈਂ ਭਾਈ ਸਾਹਿਬ ਨੂੰ ਕਿਹਾ ਸੀ ਕਿ ਜਿਹੜੀ ਪੁਰਾਤਨ ਜਨਮ ਸਾਖੀ ਹੈ ਉਹਦੀ ਕਥਾ ਸੰਗਤ 'ਚ ਜ਼ਰੂਰ ਕੀਤੀ ਜਾਏ, ਕਿਉਂਕਿ ਉਹਦੀ ਸ਼ਬਦਾਵਲੀ ਬੜੀ ਪੁਰਾਣੀ ਹੈ। ਉਹਦੀ ਇਸ ਤਰ੍ਹਾਂ ਹੀ ਕਥਾ ਹੋ ਸਕਦੀ ਜਿਵੇਂ ਗੁਰਬਾਣੀ ਦੀ ਕਥਾ, ਉਸ ਵਿੱਚ ਬੜੇ ਪਿਆਰੇ ਸ਼ਬਦ ਨੇ। ਵੇਖੋ ਮਹਾਰਾਜ ਮੱਝਾਂ ਚਾਰਨ ਜਾਂਦੇ ਤੇ ਖੇਤ ਵਿੱਚ ਮੱਝਾਂ ਪੈ ਜਾਂਦੀਆਂ ਨੇ, ਗਾਵਾਂ ਮੂੰਹ ਮਾਰਦੀਆਂ, ਤੇ ਜ਼ਿਮੀਂਦਾਰ ਜਿਹੜਾ ਉਹ ਕਲਪ ਉੱਠਦਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲ ਆ ਕੇ ਜਦੋਂ ਕਹਿੰਦਾ ਦੇਖੋ ਇਹ ਮੱਝਾਂ ਤੇਰੀਆਂ ਨੇ, ਮੇਰਾ ਖੇਤ ਉਜਾੜ ਦਿੱਤਾ, ਤੇ ਮਹਾਰਾਜ ਉਸ ਖੇਤ ਦੇ ਕਿਨਾਰੇ ਚਲੇ ਜਾਂਦੇ। ਸ਼ਬਦ ਬੜੇ ਪਿਆਰੇ ਵਰਤਦਾ ਸਾਖੀਕਾਰ। ਕਹਿੰਦਾ ਬਾਬਾ ਜੀ ਬੋਲਦੇ ਆ, ਕਹਿੰਦੇ ਆ ਭਾਈ ਵੇ ਤੇਰਾ ਕਿਛ ਨਹੀਂ ਉਜੜਿਆ, ਭਾਈ ਵੇ ਤੇਰਾ ਕਿਛ ਨਹੀਂ ਉਜੜਿਆ, ਕੀ ਹੋਇਆ ਜੇ ਕਿਸੇ ਮਹੀ ਨੇ ਮੂੰਹ ਮਾਰ ਦਿੱਤਾ, ਖੁਦਾਏ ਇਸੇ ਵਿੱਚ ਬਰਕਤ ਕਰਦ ਸੀ। ਤੇ ਜ਼ਿਆਦਾਤਰ ਉਹ ਜਿਹੜੀ ਜਨਮ ਸਾਖੀ ਦੀ ਬੋਲੀ ਹੈ ਜਾਂ ਸ਼ਬਦਾਵਲੀ ਉਹ ਲੈਂਦੀ ਹੈ, ਖੁਦਾਏ ਇਸੇ ਵਿੱਚ ਬਰਕਤ ਕਰਦ ਸੀ। ਇੱਕ ਹੋਰ ਘਟਨਾ, ਰਾਏ ਬੁਲਾਰ ਨੂੰ ਪਤਾ ਲੱਗਦਾ ਬ੍ਰਿਖ ਦੀ ਛਾਂ, ਤਿੰਨ ਗੱਲਾਂ ਉਹਨੂੰ ਬਹੁਤ ਪ੍ਰਭਾਵਿਤ ਕਰਦੀਆਂ, ਰੁੱਖ ਦੀ ਛਾਂ, ਸਰਕ ਦੀ ਛਾਂ ਤੇ ਉੱਜੜਿਆ ਖੇਤ ਹਰਾ, ਤਿੰਨ ਬਚਨ ਨੂੰ ਪ੍ਰਭਾਵਿਤ ਕਰਦੇ ਆ ਤਿੰਨ ਸਾਖੀ। ਜਦੋਂ ਮਹਾਰਾਜ ਜੀ ਦੇ ਰੁੱਖ ਦੀ ਛਾਂ ਅਟਲ ਰਹਿੰਦੀ ਹੈ, ਤੇ ਉਸ ਵਕਤ ਤੋਂ ਬਾਬਾ ਕਾਲੂ ਸਾਹਿਬ ਜੀ ਨੂੰ ਘਰੋਂ ਬੁਲਾਉਂਦਾ। ਬਾਬਾ ਕਾਲੂ ਜੀ ਆ ਜਾਂਦੇ ਆ ਤੇ ਆ ਕੇ ਕਹਿੰਦੇ ਆ ਰਾਏ ਜੀ ਦੱਸੋ, ਉਹਦੇ ਸ਼ਬਦ ਨੇ, ਕਹਿੰਦੇ ਨੇ ਵੇਖੀ ਕਾਲੂ ਕਿਤੇ ਨਾਨਕ ਨੂੰ ਫਿੱਟ ਮਾਰ ਨਾ ਆਖੀ, ਵੇਖੀ ਕਾਲੂ ਨਾਨਕ ਨੂੰ ਫਿੱਟ ਮਾਰ ਨਾ ਆਖੀ, ਇਹ ਮਹਾਂਪੁਰਖ ਹੈ ਸ਼ਬਦ ਵਰਤਿਆ, ਵੇਖੀ ਕਾਲੂ ਨਾਨਕ ਨੂੰ ਫਿੱਟ ਮਾਰ ਨਾ ਆਖੀ, ਇਹ ਮਹਾਂਪੁਰਖ ਹੈ, ਤੇ ਨਾ ਚੁੱਪ ਕਰ ਗਿਆ। ਬਾਬਾ ਕਾਲੂ ਸਾਹਿਬ ਜਦੋਂ ਦੇਖਣ ਲੱਗੇ ਚਿਹਰਾ ਤੇ ਅੱਖਾਂ ਭਰ ਕੇ ਕਹਿੰਦੇ ਆ ਨਾਨਕ ਕਰਕੇ ਮੇਰੀ ਤਲਵੰਡੀ ਵਸਦੀ,
دیکھو کہ ڈا پیارا شروع ہے اس بزرگ دے اندر کتنی ہستا ہے. میں بینتی کراں گا اچ کوئی شک نہیں کہ کچھ جنم ساتھیاں اچ سچ مچ ملاوٹ ہے, پر میری بینتی ہے ساریاں ساتھیاں نندن والی نہیں. ہن اس اسی پہلی میں بینتی کیتی آکھی, دوسری ہے ساکھی. اس وچ ایک چھوٹی جی جنم ساکھی ہے, اونوں حافظ آباد والی جنم ساکھی, ولایت والی جنم ساکھی, تے بھائی ویر سنگھ نے اُدھا ایک نواں دان دتا سی پراتن جنم ساکھی تے بھائی شاہ جی نے نام دتا سی انہاں ایڈٹ کیتی سی. ہن اے انگلینڈ وی پئی ہے ساکھی. ہن اس وچ جڑے بچن نے با کمال نے, اس تو بعد ساکھی جڑی بہت پرچلت ہوئی وہ بھائی والے والی جنم ساکھی. بھائی والا جی کا جنم استھان شیخپورہ بیگرو تلوڈی ہے. انہوں نے پتا کا خوہ ہے چندر پان کا. بھائی والا جی نے چلانا کھڑور صاحب کی دھرتی سے کیتا. چلو میں اگے بےنتی کرا گا, انہوں نے باقاعدہ ڈیٹ دیتی, جنم تاریخ دیتی بھائی والا جی. وہ بھائی والا جی والی جنم ساکھی, پر اس جنم ساکھی کے جڑا مول پارس اصلی سی سچی مچی وہ لوگ ہوا مان لیں گے. ادھر خندالیاں نے پھر اس جنم ساکھی چ ملاوٹ کر کے بہت کچھ اور پا دیتا, پر کافی بھاونا والی جانکاری اندر ہوئی. میں پھر بےنتی کرا, اس تو بعد جنم ساکھی آتی ہے بابے پرتھی چند کے پتر کی مہروان کی. مہروان کی جنم ساکھی تے مہروان ٹیکاکار بڑے کمال کا سی. میں آپ کو بےنتی کرا کہ بھائی گرداس صاحب ویلے بھی مہروان ودوان اتنا سی جڑے انہیں کئی سبداں دے ارتھ کیتے کمال دے کیتے, پر جڑی ان کی کچی بانی ہے میں سناواں گا نہیں, میں پڑھی ضرور گیان دے لے. جیویں سکھمنی صاحب اسی طرح بالکل ملتے ہو دے شلوک اپنے کو نانک پد پائی جاتا کوتا ماہر بہت ماہر سی مہروان. پھر انہیں بابا جی کی جنم ساکھی لکھی, انہوں کیا جاتا ہے مہروان والی جنم ساکھی. اس تو بعد وہ پروار میں دو اور ودوان ہوئے ہیں, خارجی والی جنم ساکھی تے چتر پوج والی جنم ساکھی. یہ تین جنم ساکھیاں میڑیاں نال سبندھت. میں بےنتی کرا ایک ہی میں شبد ورت لیا جی مہربان والی جنم ساکھی. سب تو خیر تے جیڑی گرو نانک صاحب کی جنم ساکھی لکھی گئی انہوں بھائی منی سنگھ جی والی جنم ساکھی کہتے ہیں. یہ ساکھیاں اس تو بعد ایک 500 ساکھی سی, ایک 100 ساکھی سی, تے جڑا کوی سنتوک سنگھ نے گرو نانک پرکاش لکھا ہے وہ تقریباً بیس وارتک بھائی والے والی جنم ساکھی. تے باقی جڑا ہسٹری انہوں نے لکھی گرو انگد صاحب تو لے کے گرو گوبند سنگھ, وہ زیادہ ساکھیاں 100 ساکھی وچوں نے, اس تقریباً ساریاں میل کھاندیاں. میں پھر بھی عرض کراں گا, مجھے پتا ہے یہ وشو کا وشا بڑا بکھم جہا ہے, کیونکہ جنہیں کچھ بھی نہیں پڑھیا ہوئی بھائی صاحب بارے بہت کچھ بول دیتا ہے, پر ایک میں گرو صاحب کی جو رچکا ایک پرسنگ بھائی صاحب بالکل کہیں دے کہ جو میرے سمجھ پئی میں یہاں گرنتھاں وچ لکھ دیتا ہے, پر میں آپ لکھ کے چلیا جتھے جتھے تہانوں لگے بھی یہ گرمت دے انکول نہیں, تسی کٹ کے نویں رچنا کر دیو, میں ساری سنگت نوں حق دے کے جانا. میں بےنتی کری کٹن سویرے میں بھی کٹ دیا گا, پر ایڈی وڈی ودوتا نہیں لگا سکتا. یہ تو وڈا مجھے دسو پرمان کی ہو سکتا ہے کہ جڑا لکھاری لکھ رہا ہے وہ سوکار کر رہا ہے بھی میری اس لکھت وچ بڑی اونتا ہی ہے, جتنے محسوس کرو تھی بدل لیا جی تمہیں بدل کا میں حق دینا وا, کیونکہ پنتھ کا سرمایا ہے. میں بےنتی کرا جی یہ دوجا سڈے کول ہے ساکھی, پہلا آکھی دوجا ساکھی, تیسرا سارے کو پھر ہسٹری ہوتی ہے بلاس. جی گر بلاس پاتشی شمی گر بلاس پاتشی دسویں گر بلاس پاتشی دسویں دو گرنتھ. اس تو بعد سارے کو جی ہسٹری ہوتی ہے پوئٹری وہ ہے پرکاش مہما پرکاش گرو نانک پرکاش گر پرتاپ سورج یہ سارے پرکاش چلتے. اسی پرکاش کی لڑی میں رتن سنگھ پنگو کا ہے پنت پرکاش جنہوں پرچین پنت پرکاش کہتے ہیں, اس تو بعد گیانی گیان سنگھ کا پنت پرکاش جنہوں نوین پنت پرکاش کہتے ہیں. میں صرف تاں یہ شبد کہہ جی چار شبد چیتے رکھے ہو, آکھی
साखी विलास